ਸਤਿ ਸ਼੍ਰੀ ਅਕਾਲ ਜੀ, ਪੰਜਾਬ ਬੋਲਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ। ਪਾਣੀਆਂ ਦੀ ਧਰਤੀ ਪੰਜਾਬ, ਜਿਹਦਾ ਨਾਂ ਵੀ ਪੰਜਾਂ ਦਰਿਆਵਾਂ ਦੇ ਨਾਂ ਦੇ ਉੱਤੇ ਰੱਖਿਆ ਗਿਆ ਹੈ। ਪਾਣੀਆਂ ਦੀ ਬਹੁਤਾਤ ਹੋਣ ਕਰਕੇ ਪੰਜਾਬ ਦੇ ਲੋਕ ਵੀ ਮਿਹਨਤਕਸ਼ ਨੇ। ਖੇਤੀ ਭਰਪੂਰ ਜਿਹੜਾ ਕਿੱਤਾ ਪੰਜਾਬ ਦੇ ਵਿੱਚ ਕੀਤਾ ਜਾਂਦਾ ਰਿਹਾ, ਪਰ ਤਮਾਮ ਇਹਨਾਂ ਗੱਲਾਂ ਬਾਤਾਂ ਨੂੰ ਜੇਕਰ ਪਿੱਛੇ ਰੱਖ ਕੇ ਅੱਜ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਅੱਜ ਪਾਣੀ ਦੇ ਸੰਕਟ ਦੇ ਨਾਲ ਪੰਜਾਬ ਵੀ ਜੂਝ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਵੀ ਜਿਹੜੇ ਖਤਰੇ ਦੇ ਸੰਕਟ ਦੇ ਵਿੱਚ ਆ ਜਾਵੇਗਾ। ਪਰ ਸਵਾਲ ਇਹ ਹੈ ਕਿ ਇਹ ਸੰਕਟ ਪੈਦਾ ਕਿਸ ਨੇ ਕੀਤਾ ਹੈ? ਸਰਕਾਰਾਂ ਇਸ ਦੇ ਲਈ ਕੀ ਕੁਝ ਕਰ ਰਹੀਆਂ ਨੇ? ਆਮ ਲੋਕ ਇਸ ਦੇ ਲਈ ਕੀ ਕੁਝ ਕਰ ਰਹੇ ਨੇ? ਹਾਲਾਂਕਿ ਕੁਝ ਲੋਕ ਕਹਿ ਰਹੇ ਨੇ ਕਿ ਇਸ ਪਾਣੀ ਦੇ ਖਤਮ ਹੋਣ ਦੇ ਲਈ ਪਿੰਡ ਅਤੇ ਕਿਸਾਨ ਜ਼ਿੰਮੇਵਾਰ ਨੇ, ਅਤੇ ਕੁਝ ਕਹਿ ਰਹੇ ਨੇ ਕਿ ਇਸ ਦੇ ਲਈ ਸ਼ਹਿਰ ਵਾਸੀ ਜ਼ਿੰਮੇਵਾਰ ਨੇ। ਅਤੇ ਹੁਣ ਇਹੀ ਜਾਣਨ ਦੇ ਲਈ ਕਿ ਇਸ ਮਸਲੇ ਦੇ ਲਈ ਸਰਕਾਰਾਂ ਕੀ ਕਰ ਰਹੀਆਂ ਨੇ, ਲੋਕ ਕੀ ਕਰ ਰਹੇ ਨੇ, ਜ਼ਿੰਮੇਵਾਰ ਕੌਣ ਹੈ, ਇਸ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਚੱਲਦੇ ਹਾਂ ਲੋਕਾਂ ਦੀ ਕਚਹਿਰੀ ਦੇ ਵਿੱਚ। ਜਾਣਦੇ ਹਾਂ ਕਿ ਪਿੰਡਾਂ ਸ਼ਹਿਰਾਂ ਦੇ ਲੋਕ ਇਸ ਮਸਲੇ ਨੂੰ ਲੈ ਕੇ ਕੀ ਸੋਚਦੇ ਨੇ, ਕੀ ਕੁਝ ਕਰ ਰਹੇ ਨੇ। ਸੋ ਆਓ ਚੱਲਦੇ ਹਾਂ ਲੋਕਾਂ ਦੀ ਕਚਹਿਰੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਤੇਜ ਸਿੰਘ ਜੀ। ਅੱਛਾ ਗੁਰਤੇਜ, ਪਾਣੀ ਡੂੰਘਾ ਹੁੰਦਾ ਜਾ ਰਿਹਾ, ਸਮੱਸਿਆ ਬਣਦੀ ਜਾ ਰਹੀ ਹੈ ਪੰਜਾਬ ਦੇ ਵਿੱਚ, ਪਾਣੀ ਬਚਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ? ਅਸੀਂ ਜੀ ਆਪਣੇ ਘਰਦਿਆਂ ਨੂੰ ਕਹਿੰਦੇ ਹਾਂ ਵੀ ਜੀਰੀ ਤੋਂ ਆਪਾਂ ਹਟ ਕੇ ਕੋਈ ਹੋਰ ਕਰੀਏ, ਪਰ ਜਿਸ ਤਰ੍ਹਾਂ ਆਪਣੇ ਬਜ਼ੁਰਗ ਘਰੇ ਉਹ ਸਾਰੇ ਕਹਿੰਦੇ ਆ ਵੀ ਜੀਰੀ 'ਚੋਂ ਪੈਸੇ ਬਚਦੇ ਆ ਚਾਰ, ਵੀ ਉਹਦੇ ਉਹਨੂੰ ਹੀ ਕਰੀਏ, ਉਹਨਾਂ ਕੋਲ ਹੋਰ ਕੋਈ ਅਗਲਾ ਕੋਈ ਆਪਸ਼ਨ ਨਹੀਂ ਹੈ ਇਹਦੇ ਵਾਸਤੇ ਜੀਰੀ ਤੋਂ ਸਿਵਾ। ਉਹ ਸਰਕਾਰ ਨੂੰ ਚਾਹੀਦਾ ਹੈ ਕਿ ਹੋਰ ਮੱਕੀ ਵਗੈਰਾ ਜਾਂ ਇਹਨਾਂ ਦਾ ਰੇਟ ਬੰਨਣਾ ਚਾਹੀਦਾ ਹੈ ਤਾਂ ਜੋ ਲੋਕ ਜੀਰੀ ਤੋਂ ਹਟ ਕੇ ਹੋਰ ਫਸਲ ਉਗਾਉਣ ਅਤੇ ਪਾਣੀ ਬਚ ਸਕੇ। ਅੱਛਾ ਠੀਕ ਹੈ, ਦੂਜੀ ਗੱਲ ਇਹ ਹੈ ਕਿ ਜਦੋਂ ਪਾਣੀ ਦੀ ਸਮੱਸਿਆ ਖੜੀ ਹੁੰਦੀ ਹੈ, ਪਾਣੀ ਡੂੰਘੇ ਹੁੰਦੇ ਨੇ ਜਾਂ ਪਾਣੀ ਧਰਤੀ ਹੇਠਲੇ ਪਾਣੀ ਖਰਾਬ ਹੁੰਦੇ ਨੇ ਜਾਂ ਦੂਸ਼ਿਤ ਹੁੰਦੇ ਨੇ, ਇਸ ਸਾਰੇ ਕੁਛ ਨੂੰ ਲੈ ਕੇ ਸਰਕਾਰਾਂ ਦੇ ਵੱਲੋਂ ਹੋਰ ਦੂਜੇ ਲੋਕਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਜਾਂ ਕਿਸਾਨਾਂ ਦੇ ਉੱਤੇ ਜਿਹੜਾ ਹੈ ਉਹ ਦੋਸ਼ ਮੜਨਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਝੋਨੇ ਦੀ ਲਵਾਈ ਦੇ ਲਈ ਪਾਣੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ, ਇਸ ਕਾਰਨ ਪਾਣੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ? ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਿੰਡਾਂ ਵਾਲੇ ਇਸ ਜਾਂ ਕਿਸਾਨ ਇਸ ਲਈ ਸਾਰੇ ਮਾਮਲੇ ਦੇ ਲਈ ਦੋਸ਼ੀ ਨੇ ਜਾਂ ਫਿਰ ਕੁਝ ਹੋਰ ਵੀ? ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਸ ਤਰ੍ਹਾਂ ਆਪਣਾ ਸਰਕਾਰਾਂ ਨੂੰ ਚਾਹੀਦਾ ਵੀ ਕਿ ਹੋਰ ਫਸਲਾਂ ਜਿਸ ਤਰ੍ਹਾਂ ਆਪਣਾ ਛੋਲੇ ਹੋ ਗਏ ਜਾਂ ਇਹ ਚੀਜ਼ਾਂ ਦਾ ਤਰਜੀਹ ਦੇਣ ਤਾਂ ਜੋ ਲੋਕ ਝੋਨੇ ਵੱਲੋਂ ਹਟ ਕੇ ਹੋਰ ਫਸਲਾਂ ਉਗਾਉਣ ਜਿਨ੍ਹਾਂ 'ਚ ਪਾਣੀ ਦੀ ਬੱਚਤ ਜ਼ਿਆਦਾ ਹੁੰਦੀ ਹੈ ਅਤੇ ਪਾਣੀ ਦੀ ਹਰੇਕ ਮੁੱਢਲੀ ਲੋੜ ਹੈ, ਹਰ ਇੱਕ ਨੇ ਆਪਣਾ ਗੱਡੀ ਧੋਣੀ ਹੈ ਜਾਂ ਕੁਝ ਵੀ ਹੈ ਇਹਨੂੰ ਵਰਤਣਾ ਹੈ ਪਾਣੀ ਨੂੰ, ਉਸ ਤੋਂ ਆਪਾਂ ਕਿਸੇ ਨੂੰ ਵੀ ਹੋਰ ਦੋਸ਼ੀ ਨਹੀਂ ਸਮਝ ਸਕਦੇ ਵੀ ਪਾਣੀ ਨੂੰ ਆਪਾਂ ਨੂੰ ਫਿਰ ਵੀ ਜਿੰਨਾ ਵੀ ਹੋ ਸਰਕਾਰ ਉਹਨੂੰ ਚਾਹੀਦਾ ਹੈ ਵੀ ਕੋਈ ਨਵੇਂ ਤਕਨੀਕ ਅਪਣਾਉਣ ਵੀ ਗੱਡੀਆਂ ਵਗੈਰਾ ਉਹਨਾਂ ਦਾ ਟਾਈਮ ਬੰਨਣ ਵੀ। ਜੀ ਬਿਲਕੁਲ, ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਹਰ ਇੱਕ ਪਾਣੀ ਦੀ ਬੱਚਤ ਦੇ ਲਈ ਕੋਈ ਤਕਨੀਕ ਬਣਾ ਕੇ ਪਾਣੀ ਨੂੰ ਬਚਾਉਣਾ ਚਾਹੀਦਾ। ਕੁਝ ਹੋਰ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਪਾਣੀ ਨੂੰ ਬਚਾਉਣ ਦੇ ਲਈ ਉਹ ਕੀ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਗੁਰਮੀਤ ਸਿੰਘ ਜੀ। ਅੱਛਾ ਗੁਰਮੀਤ ਜੀ, ਪਾਣੀ ਅੱਜ ਡੂੰਘਾ ਹੁੰਦਾ ਜਾ ਰਿਹਾ, ਪੰਜਾਬ ਦੇ ਕਈ ਜਿਹੜੇ ਹਿੱਸੇ ਨੇ ਉਹ ਵੀ ਡਾਰਕ ਜ਼ੋਨ ਦੇ ਵਿੱਚ ਆ ਗਏ ਨੇ ਜਿੱਥੇ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਖਤਮ ਹੋ ਜਾਵੇਗਾ। ਆਉਣ ਵਾਲੀ ਪੀੜ੍ਹੀ ਦੇ ਲਈ ਪਾਣੀ ਬਚਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ? ਸਾਨੂੰ ਝੋਨੇ ਦੀ ਫਸਲ ਬੰਦ ਕਰਨੀ ਚਾਹੀਦੀ ਹੈ ਜੀ, ਮੱਕੀ ਦੀ ਫਸਲ ਸਾਨੂੰ ਉਗਾਉਣੀ ਚਾਹੀਦੀ ਤਾਂ ਅਸੀਂ ਬਚ ਸਕਦੇ ਹਾਂ, ਬਾਕੀ ਗੌਰਮੈਂਟ ਨੂੰ ਕੋਈ ਅਰੇਂਜਮੈਂਟ ਨਹੀਂ ਕਰ ਦਿੱਤਾ ਜਾਂਦਾ। ਅੱਛਾ ਝੋਨੇ ਦੀ ਗੱਲ ਕੀਤੀ ਹੈ ਤੁਸੀਂ, ਇਸ ਤੋਂ ਇਲਾਵਾ ਜੇਕਰ ਮੈਂ ਫਸਲਾਂ ਤੋਂ ਬਾਹਰ ਨਿਕਲਾਂ ਤਾਂ ਹੋਰ ਪੱਧਰ ਦੇ ਉੱਤੇ ਪਾਣੀ ਦੀ ਜਿਹੜੀ ਹੈ ਵੇਸਟੇਜ ਹੁੰਦੀ ਹੈ, ਪਾਣੀ ਬਰਬਾਦ ਕੀਤਾ ਜਾਂਦਾ ਹੈ, ਨਹਾਉਣ ਦੇ ਲਈ ਪਾਣੀ ਜ਼ਰੂਰੀ ਹੈ ਪਰ ਜਿੱਥੇ ਗੱਡੀਆਂ ਧੋਈਆਂ ਜਾਂਦੀਆਂ, ਫਰਸ਼ਾਂ ਦੇ ਉੱਤੇ ਪਾਣੀ ਜਿਹੜਾ ਸੁੱਟਿਆ ਜਾਂਦਾ, ਪੀਣ ਦੇ ਲਈ ਪਾਣੀ ਜਿਹੜਾ ਥੋੜ੍ਹਾ ਜਿਹਾ ਪੀ ਕੇ ਸੁੱਟ ਦਿੱਤਾ ਜਾਂਦਾ, ਸ਼ਹਿਰਾਂ ਦੇ ਵਿੱਚ ਹੋਟਲਾਂ ਦੇ ਜ਼ਰੀਏ ਵੀ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ, ਇਸ ਤਮਾਮ ਮੁੱਦੇ ਨੂੰ ਲੈ ਕੇ ਫਿਰ ਵੀ ਦੋਸ਼ ਇਕੱਲਾ ਕਿਸਾਨਾਂ ਦੇ ਉੱਤੇ ਕਿਉਂ? ਕਿਸਾਨਾਂ ਸਭ ਤੋਂ ਜ਼ੋਰ ਸਰਕਾਰ ਜਿੰਨੀ ਵੀ ਹੈਗੀ ਕਿਸਾਨਾਂ 'ਤੇ ਜ਼ੋਰ ਦਿੰਦੀ ਹੈ ਵੀ ਤੁਸੀਂ ਪਾਣੀ ਬਰਬਾਦ ਕਰਦੇ ਹਨ, ਜੀਰੀ ਲਾਉਂਦੇ ਹਨ, ਪਰ ਜੋ ਗੱਡੀਆਂ ਧੋਂਦੇ ਹਨ ਤੋ ਟਰੱਕ ਧੋਂਦੇ ਹਨ, ਜੋ ਵੀ ਪਾਣੀ ਬਰਬਾਦ ਹੁੰਦਾ ਹੈ ਬਾਹਰ ਫਰਸ਼ਾਂ 'ਚ ਡੋਲਿਆ ਜਾਂਦਾ ਉਹਨੂੰ ਕੋਈ ਨਹੀਂ ਕਹਿੰਦਾ ਜੀ। ਪਰ ਜੇਕਰ ਮੈਂ ਇਸ ਪੱਧਰ ਦੇ ਉੱਤੇ ਸਰਕਾਰਾਂ ਦੇ ਵੱਲ ਦੇਖਾਂ ਤਾਂ ਸਰਕਾਰਾਂ ਦੇ ਵੱਲ ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਜਾਗਰੂਕਤਾ ਇਸ ਸੰਬੰਧ ਵਿੱਚ ਲਿਆਂਦੀ ਜਾਂਦੀ ਹੈ, ਤੁਹਾਨੂੰ ਸਰਕਾਰ ਦੇ ਵੱਲੋਂ ਕੋਈ ਜਾਗਰੂਕਤਾ ਕੈਂਪ ਜਾਂ ਕਿਸ ਤਰ੍ਹਾਂ ਦੇ ਨਾਲ ਜਾਗਰੂਕ ਕੀਤਾ ਜਾ ਰਿਹਾ? ਸਾਨੂੰ ਕੋਈ ਕੈਂਪ ਦੀ ਸਹੂਲਤ ਨਹੀਂ ਮਿਲ ਰਹੀ, ਕੋਈ ਮਤਲਬ ਇੱਥੇ ਅਰੇਂਜਮੈਂਟ ਨਹੀਂ ਹੁੰਦਾ ਜੀ। ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਸੋਹਣ ਸਿੰਘ ਜੀ। ਅੱਛਾ ਸੋਹਣ ਜੀ, ਪਾਣੀ ਬਚਾਉਣ ਦੇ ਲਈ ਤੁਸੀਂ ਕੀ ਕਰ ਰਹੇ ਹੋ? ਪਾਣੀ ਬਚਾਉਣ ਦੇ ਲਈ ਜੀ ਅਸੀਂ ਤਾਂ ਕਿਆ ਕਰੀਏ ਜੀ, ਜੀਰੀ ਲਾਉਣੀ ਬੰਦ ਕਰ ਸਕਦੇ,
ਉਹਦੇ ਕਰਕੇ ਬੰਦ ਹੋ ਜੂ ਘੱਟ ਮੜਿਆ ਜੀਰੀ ਦਾ ਸਵਾਲ ਨਹੀਂ ਇੱਥੇ ਜਿਵੇਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਹੈ ਉਹ ਵੀ ਪਾਣੀ ਦੇ ਲਈ ਬੂੰਦ ਬੂੰਦ ਦੇ ਲਈ ਮੁਹਤਾਜ ਹੋ ਜਾਵੇਗੀ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਕਿਹਾ ਜਾਂਦਾ ਪਰ ਅੱਜ ਪੰਜਾਬ ਦੇ ਲੋਕ ਪਾਣੀ ਦੇ ਲਈ ਕਿਉਂ ਇੰਨੇ ਜ਼ਿਆਦਾ ਤੰਗ ਨੇ ਪਾਣੀ ਨਹੀਂ ਮਿਲ ਰਿਹਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਤੇ ਕਿਤੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਝੋਨੇ ਦੀ ਬਿਜਾਈ ਦੇ ਲਈ ਜਾਂ ਕਿਸੇ ਹੋਰ ਕੰਮ ਦੇ ਲਈ ਵੀ ਪਾਣੀ ਪੰਜਾਬ ਦੇ ਲੋਕਾਂ ਦੇ ਕੋਲ ਵੀ ਨਹੀਂ ਪਹੁੰਚਿਆ ਪਰ ਹਾਲਾਤ ਇੱਥੋਂ ਤੱਕ ਪੁੱਜੇ ਕਿਉਂ ਦੇਖੋ ਜੀ ਪਾਣੀ ਡੂੰਘਾ ਹੋ ਗਿਆ ਜੀ ਧਰਤੀ ਵਿੱਚ ਪਾਣੀ ਮੁੱਕ ਗਿਆ ਸਮਝ ਕਿਤੇ ਕਿਤੇ ਬਾਕੀ ਬਾਰਿਸ਼ਾਂ ਖਤਮ ਹੋ ਗਈਆਂ ਬਾਰਿਸ਼ਾਂ ਨਹੀਂ ਪੈ ਰਹੀਆਂ ਤਾਂ ਕਰਕੇ ਪਾਣੀ ਦੀ ਜ਼ਿਆਦਾ ਉਹ ਬਾਕੀ ਪਾਣੀ ਦੀ ਖਪਤ ਵੀ ਜ਼ਿਆਦਾ ਹੈ ਜੀ ਪਾਣੀ ਘੱਟਦਾ ਜਾ ਰਿਹਾ ਜੀ ਅੱਛਾ ਦੂਜੀ ਗੱਲ ਇਹ ਹੈ ਕਿ ਜੇਕਰ ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪਹਿਲਾਂ ਖੂਹ ਹੁੰਦੇ ਸਨ ਟਿਊਬਵੈਲ ਸਨ ਅਤੇ ਹੱਥ ਦੇ ਨਾਲ ਪਾਣੀ ਵੀ ਕੱਢਿਆ ਜਾਂਦਾ ਸੀ ਖੂਹਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਹੱਥਾਂ ਦੇ ਨਾਲ ਕੱਢਿਆ ਜਾਂਦਾ ਸੀ ਹੁਣ ਮਸ਼ੀਨੀਕਰਨ ਆ ਗਿਆ ਅਤੇ ਪਾਣੀ ਬੇਰੋਕ ਵੱਧਦਾ ਜਾ ਰਿਹਾ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਤੁਹਾਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਸਰਕਾਰ ਨੂੰ ਇਸ ਪ੍ਰਤੀ ਵੀ ਸਖ਼ਤ ਨਿਯਮ ਬਣਾਉਣ ਦੀ ਲੋੜ ਹੈ ਹਾਂਜੀ ਇਹਦੇ ਤਾਂ ਜੀ ਕਦਮ ਚੱਕਣਾ ਚਾਹੀਦਾ ਉਹਨਾਂ ਨੂੰ ਕੋਈ ਹੁਣ ਮੋਟਰਾਂ ਲੱਗ ਗਈਆਂ ਜੀ ਅੱਗੇ ਤਾਂ ਜਿੰਨਾ ਕੁ ਲੋੜ ਹੁੰਦਾ ਤਾਂ ਉਨਾ ਕੁ ਕੱਢੇ ਕਰਦੇ ਸੀ ਜੀ ਹੁਣ ਮੋਟਰ ਉਹ ਤਾਂ ਵੱਧ ਪਾਣੀ ਕੱਢ ਦਿੰਦੀ ਜੀ ਉਹ ਪਾਣੀ ਬਰਬਾਦ ਹੀ ਹੁੰਦਾ ਜੀ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅੱਛਾ ਜਗਤਾਰ ਜੀ ਇੱਥੇ ਇੱਕ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜਦੋਂ ਪਾਣੀ ਦੀ ਸਮੱਸਿਆ ਇੱਕ ਕਾਫੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਤਾਂ ਉਸ ਤੋਂ ਬਾਅਦ ਦੋਸ਼ ਕਿਸਾਨਾਂ ਦੇ ਉੱਤੇ ਲੱਗਣਾ ਸ਼ੁਰੂ ਹੋ ਜਾਂਦਾ ਤੁਹਾਨੂੰ ਲੱਗਦਾ ਕਿ ਪਾਣੀ ਦੀ ਜਿਹੜੀ ਸਮੱਸਿਆ ਬਣੀ ਹੋਈ ਹੈ ਡੂੰਘੇ ਹੁੰਦੇ ਨੇ ਪਾਣੀ ਇਹਦੇ ਲਈ ਸਿਰਫ ਤੁਹਾਨੂੰ ਕਿਸਾਨ ਜ਼ਿੰਮੇਵਾਰ ਨੇ ਕਿਸਾਨ ਕਿਉਂ ਜੀ ਸਾਰੇ ਮੁਲਕ ਜ਼ਿੰਮੇਵਾਰ ਹੈ ਜੀ ਟੂਟੀਆਂ ਚਲਾ ਕੇ ਬੰਦ ਨਹੀਂ ਕਰਦੇ ਜੀ ਖੁੱਲ੍ਹੇ ਰਹਿੰਦੇ ਹਰ ਟਾਈਮ ਟੂਟੀਆਂ ਨੇ ਬੰਦ ਕਰਨੇ ਚਾਹੀਦੇ ਸਰਕਾਰ ਨੂੰ ਹੁਣ ਮੋਟਾ ਗੌਰ ਰੱਖਣੀ ਚਾਹੀਦੀ ਇਹਦੇ ਬਾਰੇ ਪਿੰਡਾਂ 'ਚ ਦੇਖਣਾ ਚਾਹੀਦਾ ਕਿ ਜੀ ਮੁੰਡ ਮੁੱਟ ਸਾਰਾ ਦਿਨ ਚੱਲੀ ਜਾਂਦੀ ਇਸ ਤਰ੍ਹਾਂ ਜਦ ਟੁੱਟੀ ਆਉਂਦੀ ਸਾਰੀ ਅਸੀਂ ਚੱਲੀ ਜਾਂਦੀ ਤੁਹਾਨੂੰ ਫਿਰ ਰੋਕਦੇ ਨਹੀਂ ਜਾਂ ਪਿੰਡ ਦੇ ਵਿੱਚ ਪੰਚਾਇਤ ਦੇ ਵੱਲੋਂ ਕੋਈ ਮਤਾ ਪਾਸ ਕਰਨ ਦੀ ਗੱਲ ਕੀਤੀ ਜਾਵੇ ਪਾਣੀ ਨੂੰ ਬਚਾਉਣ ਦੇ ਲਈ ਹਾਲਾਂਕਿ ਪੰਚਾਇਤਾਂ ਬਹੁਤ ਮਤੇ ਵੀ ਪਾਸ ਕਰਦੀਆਂ ਨੇ ਪਾਣੀ ਦੇ ਲਈ ਤੁਹਾਡੇ ਪਿੰਡ ਦੇ ਕੋਈ ਮਤਾ ਪਾਸ ਕੀਤਾ ਇਸ ਨੇ ਲੜਨ ਨੂੰ ਆਉਂਦੇ ਜੀ ਲੋਕ ਕਹਿੰਦੇ ਮਤਾ ਤਾਂ ਕਰ ਪਾ ਕੀ ਕਹਿੰਦੇ ਨੇ ਲੋਕ ਲੋਕ ਕਹਿੰਦੇ ਤੈਨੂੰ ਕਿਆ ਲੈਣਾ ਸਾਡਾ ਪਾਣੀ ਅਸੀਂ ਤਾਂ ਬਿੱਲ ਭਰਦੇ ਜੀ ਇਹ ਬੋਲਦੇ ਜੀ ਅੱਗੇ ਤੇ ਅੱਛਾ ਪਰ ਸਵਾਲ ਇਹ ਵੀ ਹੈ ਕਿ ਜਦੋਂ ਪਾਣੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਪਰ ਉਸ ਤੋਂ ਬਾਅਦ ਸਰਕਾਰਾਂ ਦੇ ਵੱਲੋਂ ਅਖਬਾਰਾਂ ਦੇ ਵਿੱਚ ਟੀ ਵੀ ਚੈਨਲ ਦੇ ਉੱਤੇ ਵੀ ਇਸ ਤਰ੍ਹਾਂ ਦੇ ਸੰਦੇਸ਼ ਦਿੱਤੇ ਜਾਂਦੇ ਨੇ ਪਾਣੀ ਬਚਾਉਣ ਦੇ ਸੰਬੰਧੀ ਇਸ਼ਤਿਹਾਰ ਲਗਾਏ ਜਾਂਦੇ ਨੇ ਪਰ ਤੁਹਾਨੂੰ ਲੱਗਦਾ ਕਿ ਇਹ ਇਸ਼ਤਿਹਾਰ ਇਸ ਤਰ੍ਹਾਂ ਦੇ ਸੰਦੇਸ਼ ਲੋਕਾਂ ਦੇ ਜ਼ਹਿਨ ਨੂੰ ਜਾਂ ਲੋਕਾਂ ਦੀ ਮਾਨਸਿਕਤਾ ਨੂੰ ਬਦਲ ਰਹੇ ਨੇ ਨਹੀਂ ਨਹੀਂ ਕੋਈ ਨਹੀਂ ਬਦਲਦਾ ਜੀ ਇਹ ਲੋਕ ਅਨਪੜ੍ਹਤਾ ਜ਼ਿਆਦਾ ਜੀ ਪਿੰਡਾਂ 'ਚ ਇਹ ਨਹੀਂ ਮੰਨਦੇ ਜੀ ਕਿਸੇ ਦੀ ਗੱਲ ਪਾਣੀ ਹਰ ਟਾਈਮ ਚੱਲਦਾ ਰਹਿੰਦਾ ਮਾੜਾ ਮੋਟਾ ਜੀ ਸਭ ਨੂੰ ਕਰਨਾ ਚਾਹੀਦਾ ਸਾਰੇ ਜ਼ਿੰਮੇਵਾਰ ਹੈ ਜੀ ਪਾਣੀ ਦੇ ਅੱਛਾ ਦੂਜਾ ਸਵਾਲ ਇਹ ਹੈ ਕਿ ਸਿਰਫ ਤੋਂ ਸਿਰਫ ਜੇਕਰ ਅਸੀਂ ਸ਼ਹਿਰ ਦੇ ਵਿੱਚ ਜਾਈਏ ਤਾਂ ਇਸ ਮਸਲੇ ਪ੍ਰਤੀ ਸ਼ਹਿਰਾਂ ਦੇ ਵਿੱਚ ਵੀ ਕਾਫੀ ਰੁਝਾਨ ਦੇਖਿਆ ਜਾ ਰਿਹਾ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ ਸ਼ਹਿਰਾਂ ਦੇ ਵਿੱਚ ਵੀ ਪਰ ਦੋਸ਼ ਸਿਰਫ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਸ਼ਹਿਰਾਂ ਦੇ ਵਿੱਚ ਵੀ ਕਾਫੀ ਜਿੱਦਾਂ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਗੱਡੀਆਂ ਧੋਣ ਦੇ ਲਈ ਵੀ ਪਾਣੀ ਦੀ ਬੇਰੋਕ ਵਰਤੋਂ ਹੋ ਰਹੀ ਹੈ ਫਰਸ਼ ਧੋਣ ਦੇ ਲਈ ਪਾਣੀ ਦੀ ਬੇਰੋਕ ਵਰਤੋਂ ਹੋ ਰਹੀ ਹੈ ਪਿੰਡਾਂ ਦੇ ਵਿੱਚ ਵੀ ਉਸ ਤਰ੍ਹਾਂ ਮਾਹੌਲ ਦੇਖਣ ਨੂੰ ਮਿਲ ਰਿਹਾ ਪਿੰਡਾਂ 'ਚ ਵੀ ਇੱਦਾਂ ਹੀ ਹੈ ਜੀ ਸ਼ਹਿਰਾਂ 'ਚ ਉੱਦਾਂ ਸ਼ਹਿਰ ਵਿੱਚ ਵੀ ਜ਼ਿਆਦਾ ਪਾਣੀ ਖਰਾਬ ਕਰ ਰਹੇ ਜੀ ਲੋਕ ਟਾਈਮ ਨਾਲ ਪਾਣੀ ਮਿਲਣਾ ਚਾਹੀਦਾ ਸ਼ਹਿਰ ਵਿੱਚ ਵੀ ਗੱਡੀਆਂ ਧੋਣ ਨਹੀਂ ਬਾਹਰ ਖੜਾ ਸੜਕਾਂ 'ਤੇ ਉਹਨਾਂ ਨੂੰ ਵੀ ਮਾੜਾ ਮੋਟਾ ਕੋਈ ਨਾ ਕੋਈ ਪਾਬੰਦੀ ਲੱਗਣੀ ਚਾਹੀਦੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ ਦਾ ਪਾਣੀ ਨੂੰ ਲੈ ਕੇ ਕਾਫੀ ਜਿਹੜਾ ਪ੍ਰਤੀਕਰਮ ਸਾਹਮਣੇ ਆਇਆ ਜਿੱਥੇ ਪਾਣੀ ਨੂੰ ਲੈ ਕੇ ਲੋਕਾਂ ਦਾ ਕਹਿਣਾ ਕਿ ਇਕੱਲੇ ਕਿਸਾਨ ਜ਼ਿੰਮੇਵਾਰ ਨਹੀਂ ਸਾਰੀ ਦੁਨੀਆ ਦੇ ਵਿੱਚ ਜਿਹੜਾ ਜਿਵੇਂ ਪਾਣੀ ਬਰਬਾਦ ਹੋ ਰਿਹਾ ਉਵੇਂ ਹੀ ਪੰਜਾਬ ਦੇ ਵਿੱਚ ਵੀ ਦੋਵੇਂ ਧਿਰਾਂ ਸ਼ਹਿਰ ਦੇ ਲੋਕ ਵੀ ਅਤੇ ਪਿੰਡਾਂ ਦੇ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਨੇ ਅਤੇ ਇੱਥੇ ਇੱਕ ਮਨ ਬਣਾ ਲੈਣਾ ਚਾਹੀਦਾ ਕਿ ਪਾਣੀ ਨੂੰ ਬਚਾਉਣ ਦੇ ਲਈ ਹਰ ਇੱਕ ਧਿਰ ਨੂੰ ਜਿਹੜਾ ਹੈ ਉਹ ਨਾਲ ਚੱਲ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਹੈ ਪਾਣੀ ਨੂੰ ਬਚਾਉਣ ਦੇ ਲਈ ਹੰਭਲੇ ਮਾਰਨ ਦੀ ਜ਼ਰੂਰਤ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਕੁਝ ਹੋਰ ਲੋਕ ਵੀ ਮੌਜੂਦ ਨੇ ਜਾਣਦੇ ਹਾਂ ਕਿ ਪਾਣੀ ਨੂੰ ਬਚਾਉਣ ਦੇ ਲਈ ਕੀ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸੁਖਮਨਪ੍ਰੀਤ ਅੱਛਾ ਸੁਖਮਨ ਲਗਾਤਾਰ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਮਸਲੇ ਦੇ ਪ੍ਰਤੀ ਤੁਸੀਂ ਸਟੂਡੈਂਟ ਹੋ ਕਿਸ ਤਰ੍ਹਾਂ ਦਾ ਜਿਹੜਾ ਰੁਝਾਨ ਹੈ ਸਟੂਡੈਂਟ ਦੇ ਵਿੱਚ ਜਾਂ ਯੂਥ ਦੇ ਵਿੱਚ ਪਾਣੀ ਨੂੰ ਬਚਾਉਣ ਦੇ ਲਈ ਆਪਾਂ ਬਹੁਤ ਚੀਜ਼ਾਂ ਕਰ ਸਕਦੇ ਜਿੱਦਾਂ ਆਪਾਂ ਨਹਾਉਂਦੇ ਹਾਂ ਤਾਂ ਆਪਾਂ ਇੱਕ ਬਾਲਟੀ ਨਾਲ ਵੀ ਨਹਾ ਸਕਦੇ ਹਾਂ ਜਿਹੜੀ ਕਿ 20 ਲੀਟਰ ਦੀ ਹੁੰਦੀ ਹੈ ਪਰ ਜਦੋਂ ਆਪਾਂ ਸ਼ਾਵਰ ਯੂਜ਼ ਕਰਦੇ ਹਾਂ ਤਾਂ ਉਸ 'ਚ 50 ਤੋਂ 100 ਲੀਟਰ ਦੇ ਵਿੱਚ ਪਾਣੀ ਖਰਚ ਹੁੰਦਾ ਅਤੇ ਦੂਜੀ ਸਾਈਡ ਜੇ ਆਪਾਂ ਬ੍ਰਸ਼ ਕਰਦੇ ਹਾਂ ਜੇ ਆਪਾਂ ਇੱਕ ਮੱਗ ਨਾਲ ਕਰਾਂਗੇ ਤਾਂ ਉਸ 'ਚ 1 ਲੀਟਰ ਮਸੀ ਪਾਣੀ ਆਏਗਾ ਅਤੇ ਜਦੋਂ ਆਪਾਂ ਟੂਟੀ ਜ਼ਿਆਦਾ ਚਲਾ ਕੇ ਰੱਖਦੇ ਹਾਂ ਤਾਂ ਘੱਟੋ ਘੱਟ 5 ਤੋਂ 10 ਲੀਟਰ ਪਾਣੀ ਵੇਸਟ ਹੋ ਜਾਂਦਾ ਹੈ
ਅੱਛਾ, ਬਹੁਤ ਵਧੀਆ ਤੁਸੀਂ ਜਵਾਬ ਦਿੱਤਾ ਹੈ। ਪਰ ਜੇਕਰ ਮੈਂ ਯੂਥ ਦੀ ਗੱਲ ਕਰਾਂ ਤਾਂ ਯੂਥ ਜਾਂ ਤੁਸੀਂ ਕਾਲਜ ਦੇ ਵਿੱਚ ਪੜ੍ਹਦੇ ਹੈਗੇ ਆ, ਤਾਂ ਕਾਲਜ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਪਾਣੀ ਬਚਾਉਣ ਦੇ ਲਈ ਕਾਲਜ ਪ੍ਰਸ਼ਾਸਨ ਦੇ ਵੱਲੋਂ, ਅਧਿਆਪਕਾਂ ਦੇ ਵੱਲੋਂ ਜਾਂ ਆਪਸ ਦੇ ਵਿੱਚ ਤੁਸੀਂ ਪਲੈਨਿੰਗ ਕਰਦੇ ਹੋ ਕਿ ਪਾਣੀ ਨੂੰ ਇਸ ਤਰ੍ਹਾਂ ਬਚਾਉਣਾ ਚਾਹੀਦਾ? ਪਾਣੀ ਆਪਾਂ ਹੋਰ ਵੀ ਬਥੇਰੇ ਤਰੀਕੇ ਨਾਲ ਉੱਥੇ ਵੀ ਬਚਾ ਸਕਦੇ ਹਾਂ, ਜਿੱਦਾਂ ਕਿ ਵਧੀਆ ਜਿੱਦਾਂ ਆਪਾਂ ਗਾਰਡਨਿੰਗ ਕਰਦੇ ਹਾਂ ਕਾਲਜਿਸ ਵਿੱਚ, ਹਰ ਇੱਕ ਜਗ੍ਹਾ ਫੁੱਲ ਬੂਟੇ ਲੱਗੇ ਹੋਏ ਆ, ਤਾਂ ਉਹ ਜਿਹੜਾ ਵੇਸਟ ਪਾਣੀ ਹੁੰਦਾ ਜਿੱਦਾਂ ਕੋਈ ਵੀ, ਉਹ ਆਪਾਂ ਉਹ ਚੀਜ਼ ਵਾਸਤੇ ਯੂਜ਼ ਕਰ ਸਕਦੇ ਹਾਂ ਤਾਂ ਜੋ ਰੀਸਾਈਕਲ ਹੋ ਸਕੇ ਅਤੇ ਪਾਣੀ ਦੀ ਵਰਤੋਂ ਘੱਟ ਹੋ ਸਕੇ। ਜੀ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਜਵਾਬ ਦਿੱਤਾ ਤੁਸੀਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਭਗਤ ਸਿੰਘ ਨਾਮ ਹੈ। ਅੱਛਾ ਭਗਤ ਸਿੰਘ ਜੀ, ਤੁਸੀਂ ਜੇਕਰ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਪਾਣੀ ਬਚਾਉਣ ਦੇ ਲਈ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ? ਦੇਖੋ, ਪਾਣੀ ਦਾ ਸਭ ਤੋਂ ਜਿਹੜਾ ਵੱਡਾ ਮਸਲਾ ਹੈ, ਬਜ਼ੁਰਗ ਦੱਸਦੇ ਕਹਿੰਦੇ ਹੁੰਦੇ ਸੀ ਇੱਕ ਦਿਨ ਪਾਣੀ ਪਿੱਛੇ ਲੜਾਈ ਵੱਜੇਗੀ, ਅਸੀਂ ਸੋਚਦੇ ਸੀ ਸਾਡੀ ਲੰਘ ਜਾਣੀ ਹੈ, ਅਗਲੀ ਪੀੜ੍ਹੀ ਆਊਗੀ ਪਤਾ ਨਹੀਂ ਕੀ ਬਣੂ, ਪਰ ਅਸੀਂ ਹੁਣ ਦੇਖ ਰਹੇ ਹਾਂ ਕਿ ਪਾਣੀ ਪਿੱਛੇ ਲੜਾਈਆਂ ਵੱਜਣ ਲੱਗੀਆਂ। ਅਤੇ ਦੂਜਾ, ਜਦੋਂ ਬਾਹਰ ਤੋਂ ਕੋਈ ਆਉਂਦਾ ਸੀ ਉਹ ਬਿਸਲੇਰੀ ਦੀ ਬੋਤਲ ਲੈ ਕੇ ਆਉਂਦਾ ਸੀ, ਕਹਿੰਦਾ ਸੀ ਪਾਣੀ ਪੀਣ ਵਾਲਾ ਠੀਕ ਨਹੀਂ ਹੈ, ਪਿੰਡਾਂ 'ਚ ਮਾਹੌਲ ਕੱਤੇ ਜਾਂਦਾ ਸੀ। ਅੱਜ ਅਸੀਂ ਆਪ ਵੀ ਪਾਣੀ ਬੋਤਲਾਂ 'ਚ ਪੀਣ ਲੱਗ ਗਏ, ਜਾਣੀ ਕਿ ਘਰ ਦਾ ਪਾਣੀ ਸਾਡਾ ਉਹ ਖਰਾਬ, ਇੰਨਾ ਖਰਾਬ ਹੋ ਗਿਆ, ਪੀਣ ਯੋਗ ਨਹੀਂ ਰਿਹਾ, ਮੁੱਲ ਦਾ ਪਾਣੀ ਲੈਣਾ ਪੈ ਗਿਆ, ਪੀਣ ਪਾਣੀ ਦੁੱਧ ਨਾਲੋਂ ਮਹਿੰਗਾ ਸਾਨੂੰ ਪਾਣੀ ਮਿਲ ਰਿਹਾ ਹੈ, ਜ਼ਿਮੀਂਦਾਰ ਦੇ ਸਿਰ 'ਤੇ ਸੁੱਟਿਆ ਜਾ ਰਿਹਾ। ਜ਼ਿਮੀਂਦਾਰ ਜੀਰੀ ਵਾਸਤੇ ਤਕਰੀਬਨ ਇੱਕ ਮਹੀਨਾ ਸਾਲ 'ਚ ਮੋਟਰ ਦੀ ਵਰਤੋਂ ਕਰਦਾ, ਉਹ ਵੀ ਨਜਾਇਜ਼ ਨਹੀਂ ਹੈ। ਹੁਣ ਸਰਕਾਰ ਕਾਨੂੰਨ ਬਣਾਉਂਦੀ ਹੈ, ਐਤਕੀ 13 ਤਰੀਕ 'ਤੇ ਲਾਇਆ, ਪਹਿਲਾਂ 20 ਤਰੀਕ ਤੋਂ ਸੀ, ਸਰਕਾਰ ਦੇ ਹਿਸਾਬ ਨਾਲ ਜ਼ਿਮੀਂਦਾਰ ਚੱਲਦਾ, ਪਰ ਜ਼ਿਮੀਂਦਾਰ ਦੇ ਹਿਸਾਬ ਨਾਲ ਸਰਕਾਰ ਨਹੀਂ ਚੱਲਦੀ, ਨਾ ਕੋਈ ਫੈਸਿਲਿਟੀ ਹੈ, ਨਾ ਪਾਣੀ ਕੁਛ ਪਿੰਡਾਂ 'ਚ ਕੈਂਪ ਲਗਾਏ ਜਾਣ ਲੋਕਾਂ ਨੂੰ ਦੱਸਿਆ। ਹੁਣ ਪਿੰਡਾਂ 'ਚ ਟੋਭੇ ਨੇ, ਸਕੀਮਾਂ ਸਰਕਾਰ ਦੀਆਂ ਆਉਂਦੀਆਂ ਨੇ, ਟੋਭੇ ਹੀ ਸਫਾਈ ਕਰਨੀ ਹੈ, ਕਾਗਜ਼ਾਂ 'ਚ ਸਕੀਮਾਂ ਆਉਂਦੀਆਂ ਨੇ, ਕਾਗਜ਼ਾਂ ਸਕੀਮਾਂ ਚਲੇ ਜਾਂਦੀਆਂ ਨੇ, ਜਦਕਿ ਟੋਭਿਆਂ 'ਚ ਪਿੰਡਾਂ 'ਚ ਤਕਰੀਬਨ ਖੁੱਲ੍ਹਾ ਵਾਤਾਵਰਨ ਹੈ, ਪਾਣੀ ਬਚਾਇਆ ਜਾ ਸਕਦਾ ਹੈ, ਟ੍ਰੀਟਮੈਂਟ ਪਲਾਂਟ ਲਗਾਏ ਜਾ ਸਕਦੇ ਹੈ, ਸਾਰੇ ਸਿਸਟਮ ਦਾ ਜ਼ਿਮੀਂਦਾਰ ਨੂੰ ਆਪਣਾ ਫੁਆਰਾ ਸਿੰਚਾਈ ਵਗੈਰਾ ਸਹੂਲਤ ਦੇ ਕੇ। ਅੱਛਾ, ਬੂੰਦ ਸਿੰਚਾਈ ਦੇ ਨਾਲ ਵੀ ਕਹਿ ਰਹੇ ਆ ਵੀ ਅੱਜ ਕੱਲ੍ਹ ਝੋਨਾ ਜਿਹੜਾ ਲਗਾਇਆ ਜਾਣਾ ਚਾਹੀਦਾ। ਚਲੋ, ਇਹ ਹੈਗੀ ਦੂਜੀ ਗੱਲ। ਜੇਕਰ ਮੈਂ ਪਿੰਡਾਂ ਅਤੇ ਸ਼ਹਿਰਾਂ ਦੇ ਆਪਸੀ ਜਿਹੜੀ ਪਾਣੀ ਦੇ ਮਸਲੇ ਨੂੰ ਲੈ ਕੇ ਤਕਰਾਰ ਦੇਖੀ ਜਾਵੇ ਤਾਂ ਪਿੰਡਾਂ ਵਾਲੇ ਦੇ ਉੱਤੇ ਦੋਸ਼ ਲੱਗ ਰਹੇ ਨੇ, ਕਿਸਾਨਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਵੀ ਦੋਸ਼ ਲੱਗ ਰਹੇ ਨੇ, ਤੁਹਾਨੂੰ ਲੱਗਦਾ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਹੋਟਲ ਨੇ ਜਾਂ ਹੋਰ ਕੋਈ ਇਹੋ ਜਿਹੀਆਂ ਸੰਸਥਾਵਾਂ ਨੇ, ਉਹਨਾਂ ਦੇ ਵੱਲੋਂ ਪਾਣੀ ਬਚਾਉਣ ਦੇ ਲਈ ਜਾਂ ਪਾਣੀ ਵੇਸਟ ਕੀਤਾ ਜਾਂਦਾ, ਇਸ ਤਰ੍ਹਾਂ ਦੇ ਪ੍ਰਬੰਧ ਨੇ? ਦੇਖੋ ਜੀ, ਜ਼ਿਮੀਂਦਾਰ ਜੋ ਪਿੰਡਾਂ ਵਿੱਚ ਹਰ ਇੱਕ ਚੀਜ਼ ਦਾ ਜੋ ਹੈ ਆਉਂਦਾ ਹੈ ਵੀ ਪਿੰਡ ਵਾਲੇ ਖਰਾਬ ਕਰਦੇ, ਜਦਕਿ ਪਿੰਡਾਂ 'ਚ ਬਿਲਕੁਲ ਭਾਵੇਂ ਦੀ ਅਨਪੜ੍ਹ ਬੰਦੇ ਰਹਿੰਦੇ ਨੇ, ਪਰ ਉਹਨਾਂ ਨੂੰ ਆਪਣੀ ਕੁਦਰਤ ਨਾਲ ਸ਼ਹਿਰ ਤੋਂ ਵੱਧ ਪਿਆਰ, ਸ਼ਹਿਰ ਵਿੱਚ ਪੜ੍ਹੇ ਲਿਖੇ ਲੋਕ ਨੇ, ਖੁੱਲ੍ਹਾ ਪਾਣੀ ਵਰਤਦੇ ਨੇ, 4-4 ਗੱਡੀਆਂ ਨੇ, ਗੱਡੀਆਂ ਰੋਜ਼ ਧੋਤੀਆਂ ਜਾਂਦੀਆਂ, ਜ਼ਿਮੀਂਦਾਰ ਪਿੰਡ 'ਚ ਮੋਟਰ 'ਤੇ ਜਾ ਕੇ ਨਹਾਊਗਾ, ਨਾਲੇ ਪਾਣੀ ਖੇਤ ਸਿੰਚਾਈ ਕਰੂਗਾ, ਨਾਲੇ ਆਪਣਾ ਨਹਾ ਧੋ ਕੇ ਆਉਂਦਾ ਉੱਥੋਂ, ਕੱਪੜੇ ਧੋਣ ਬੀਬੀਆਂ ਅਜੇ ਵੀ ਪਿੰਡਾਂ 'ਚ ਮੋਟਰਾਂ 'ਤੇ ਜਾਂਦੀਆਂ ਨੇ ਪਾਣੀ ਨੂੰ ਬਚਾਉਣ ਵਾਸਤੇ, ਕਿਉਂਕਿ ਉਹ ਸੁਣਦੇ ਨੇ, ਉਹਨਾਂ ਨੂੰ ਸੁਣ ਕੇ ਡਰ ਲੱਗਦਾ ਹੈ, ਜੋ ਪੜ੍ਹੇ ਲਿਖੇ ਨੇ ਉਹ ਕਹਿੰਦੇ ਇਹ ਤਾਂ ਐਵੇਂ ਬੋਲ ਰਹੇ ਹੈ, ਇਹ ਅੱਜ ਨੈੱਟ ਸੋਸ਼ਲ ਮੀਡੀਆ ਆ ਗਿਆ, ਅੱਜ ਫਲਾਣਾ ਆ ਗਿਆ, ਇੰਨਾ ਪਾਣੀ ਹੈ, 73% ਪਾਣੀ ਹੈ, ਕਿੱਥੇ ਮੁੱਕ ਜੂਗਾ ਪਾਣੀ? ਪਰ ਪਿੰਡਾਂ 'ਚ ਬਹੁਤ ਜ਼ਿਆਦਾ ਉਪਰਾਲੇ ਜਿਵੇਂ ਆਪਣਾ ਪਿੰਡਾਂ ਵਾਲੇ ਲੋਕ ਆਪਣੇ ਬੇਸ 'ਤੇ ਕਰ ਰਹੇ, ਡਰ ਦੇ ਮਾਰੇ ਜੇ ਰਾਜਸਥਾਨ ਪੰਜਾਬ ਵੀ ਬਣ ਗਏ ਇੱਕ ਖੁਸ਼ਹਾਲ ਜੋ ਸੂਬਾ ਸੀ, ਸਾਨੂੰ ਕਿਤੇ ਪਾਣੀ ਪਿੱਛੇ ਨਾ ਲੜਨਾ ਪੈ ਜਾਵੇ, ਬੜਾ ਖੁਸ਼ਹਾਲ ਸੂਬਾ ਸੀ ਪੰਜਾਬ। ਅੱਜ ਪੰਜਾਬ ਦੇ ਕਈ ਹਿੱਸੇ ਤੁਹਾਨੂੰ ਪਤਾ ਕਿ ਡਾਰਕ ਜ਼ੋਨ ਦੇ ਵਿੱਚ ਆ ਗਏ ਨੇ, ਅਗਲੇ ਕਈ ਸਾਲਾਂ ਦੇ ਵਿੱਚ ਉੱਥੇ ਪਾਣੀ ਖਤਮ ਹੋ ਜਾਵੇਗਾ, ਮੁੱਕ ਜਾਵੇਗਾ ਪਾਣੀ, ਫਿਰ ਅਜਿਹੇ ਹਾਲਾਤ ਦੇ ਵਿੱਚ ਜੇਕਰ ਅਸੀਂ ਇੱਕ ਦਿਨ ਵੀ ਪਾਣੀ ਦੇ ਬਿਨਾਂ ਨਹੀਂ ਰਹਿ ਸਕਦੇ, ਫਿਰ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਵੀ ਇੱਕ ਸਵਾਲ ਬਣਿਆ ਹੋਇਆ। ਸਭ ਤੋਂ ਵੱਡੀ ਤਾਂ ਸਮੱਸਿਆ ਇਹੀ ਹੈ ਨਾ ਕਿ ਜਿੱਥੇ ਪਾਣੀ ਦੀ ਥੋੜ੍ਹ ਆ ਰਹੀ ਹੈ ਉੱਥੇ ਲੋਕਾਂ ਨੂੰ, ਜਦ ਕਿਹਾ ਜਾਂਦਾ ਸੀ, ਜਦ ਲੋਕ ਨਹੀਂ ਧਿਆਨ ਦਿੰਦੇ ਸੀ, ਅੱਜ ਆਪਣੇ ਹਾਲਾਤ ਖਰਾਬ ਹੋ ਰਹੇ ਨੇ ਅੱਜ, ਪਰ ਹੁਣ ਵੀ ਟਾਈਮ ਹੈ, ਵੇਲਾ ਹੈਗਾ, ਜੇ ਆਪਾਂ ਪਾਣੀ ਨੂੰ ਸੰਭਾਲੀਏ, ਇਸ ਦੀ ਸੁਚੱਜੀ ਵਰਤੋਂ ਕਰੀਏ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਮਾਹੌਲ ਆਪਣੇ ਨਾਲੋਂ ਵਧੀਆ ਦੇ ਕੇ ਜਾਈਏ। ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਦਮਨਜੀਤ ਸਿੰਘ ਹੈ ਜੀ। ਅੱਛਾ ਦਮਨਜੀਤ ਜੀ, ਨੌਜਵਾਨ ਹੈਗੇ ਆ ਤੁਸੀਂ, ਅਤੇ ਨੌਜਵਾਨ ਪਾਣੀ ਬਚਾਉਣ ਦੇ ਲਈ ਕੀ ਕੁਛ ਕਰ ਰਹੇ ਨੇ, ਤੁਹਾਡਾ ਫਰੈਂਡ ਸਰਕਲ ਜਾਂ ਤੁਸੀਂ ਕੀ ਕੁਛ ਕਰ ਰਹੇ ਹੋ ਪਾਣੀ ਬਚਾਉਣ ਦੇ ਲਈ? ਦੇਖੋ ਜੀ, ਅਸੀਂ ਵੀ ਜਿਵੇਂ ਪਿੰਡ 'ਚ ਰਹਿਣ ਵਾਲਾ ਜੀ ਮੈਂ, ਅਤੇ ਪਿੰਡ ਵਿੱਚ ਜਿਵੇਂ ਕਿ ਹੁੰਦਾ ਜਿਵੇਂ ਗੱਡੀ ਧੋ ਰਿਹਾ ਕੋਈ, ਜ਼ਿਆਦਾ ਵੇਸਟ ਕਰਦੇ ਆ ਪਾਣੀ, ਜਾਂ ਟੂਟੀਆਂ ਪਿੰਡ 'ਚ ਕੀ ਪ੍ਰੋਬਲਮ ਹੈ ਜੀ, ਜਿੱਕਣਾ ਲੀਕੇਜ ਜ਼ਿਆਦਾ ਹੁੰਦੀ ਆ, ਸਰਕਾਰ ਆ ਜੋ ਵੀ ਆ ਬੰਦੇ ਆ ਉੱਥੇ ਦੇ ਕਹਿੰਦੇ ਰਹਿੰਦੇ ਆ ਕੰਮ ਨਹੀਂ ਹੁੰਦੇ ਉਹਨਾਂ ਦੀ ਲੀਕੇਜ, ਉਹ ਪਾਣੀ ਖਰਾਬ ਹੁੰਦਾ ਰਹਿੰਦਾ, ਗੰਦਾ ਹੁੰਦਾ ਰਹਿੰਦਾ, ਪੀਣ ਵਾਸਤੇ ਵੀ ਪ੍ਰੋਬਲਮ ਆਉਂਦੀ ਆ, ਆਪਾਂ ਗੱਡੀਆਂ ਧੋਨੇ ਉਹਨੂੰ ਵੇਸਟ ਕਰਦੇ ਹਾਂ ਨਾ, ਆਪਾਂ ਟੂਟੀ ਨਾਲ ਜਾਂ ਪੈਪ ਨਾਲ ਸਾਰੀ ਧੋਣ ਦੀ ਕੋਸ਼ਿਸ਼ ਕਰਦੇ, ਆਪਾਂ ਨੂੰ ਚਾਹੀਦਾ ਵੀ ਇੱਕ ਬਾਲਟੀ ਯੂਜ਼ ਕੀਤੀ ਜਾਵੇ ਉਹਨੂੰ, ਜਿਵੇਂ ਬਚਾ ਸਕਦੇ ਆਪਾਂ ਬਚਾਉਣਾ ਚਾਹੀਦਾ, ਪਰ ਪਿੰਡ ਵਿੱਚ ਲੋਕਾਂ ਨੂੰ ਹਜੇ ਇੰਨੀ ਸਮਝ ਨਹੀਂ ਹੈਗੀ, ਕਿਉਂਕਿ ਹਜੇ ਉਹਨਾਂ ਨੂੰ ਖੁੱਲ੍ਹਾ ਪਾਣੀ ਮਿਲ ਰਿਹਾ, ਜਿਸ ਦਿਨ ਇਹਦੀ ਕਮੀ ਹੁੰਦੀ ਜਾਊਗੀ ਉਸ ਦਿਨ ਉਹਨਾਂ ਨੂੰ ਅਹਿਸਾਸ ਹੋਊਗਾ ਵੀ ਇਹ ਗਲਤ ਹੈ ਚੀਜ਼। ਅੱਛਾ, ਕੱਲਾ
ਨਹੀਂ ਐਂ ਪਿੰਡ ਵਾਲੇ ਵੀ ਕਹਿ ਸਕਦੇ ਆ, ਪਰ ਸ਼ਹਿਰ 'ਚ ਵੀ ਹੋ ਸਕਦਾ ਕਿਉਂਕਿ ਮੈਂ ਹੁਣ ਪਿੰਡ 'ਚ ਰਹਿੰਦਾ, ਮੈਨੂੰ ਪਿੰਡ 'ਚ ਜ਼ਿਆਦਾ ਪਤਾ। ਸ਼ਹਿਰ 'ਚ ਵੀ ਇਹ ਚੀਜ਼ਾਂ ਹੋ ਸਕਦੀਆਂ ਜਿਵੇਂ, ਪਰ ਜੇਕਰ ਆਪਾਂ ਦੇਖਿਆ ਜਾਵੇ ਤਾਂ ਗੱਡੀਆਂ, ਕਾਰਾਂ ਜਾਂ ਹੋਟਲ ਹੈਗੇ ਨੇ ਸ਼ਹਿਰਾਂ ਦੇ ਵਿੱਚ, ਘਰਾਂ ਦੇ ਵਿੱਚ ਵੀ ਸਵਿਮਿੰਗ ਪੂਲ ਬਣਾਏ ਜਾਂਦੇ ਨੇ, ਦੋ ਬੰਦੇ ਨਹਾਉਂਦੇ ਨੇ, ਉਸ ਤੋਂ ਬਾਅਦ ਪਾਣੀ ਸਾਰਾ ਹਟਾ ਦਿੱਤਾ ਜਾਂਦਾ ਉਹਦੇ ਲਈ। ਪਤਾ ਕਿਆ ਚੱਕਰ ਹੈ ਯਾਰ, ਚੰਡੀਗੜ੍ਹ ਮਾ ਇਹ ਜੁਰਮਾਨਾ ਹੈ ਨਾ, ਆਪਾਂ 200 ਰੁਪਈਆ ਜੇ ਪੈਪ ਲਾ ਕੇ ਗੱਡੀ ਧੋਊਂਗੇ, ਉੱਥੇ ਇੱਕ ਦਿਨ ਮਿਲਦਾ ਆਪਣੇ ਚੰਡੀਗੜ੍ਹ 'ਚ ਬਾਈ, ਮੈਂ ਕਹਿੰਦਾ ਹਫ਼ਤੇ 'ਚ ਇੱਕ ਦਿਨ ਮਿਲਦਾ ਇੱਥੇ ਗੱਡੀ ਧੋਣ ਨੂੰ, ਵੀ ਉੱਦਣ ਪੈਪ ਲਾ ਕੇ ਧੋ ਲਓ, ਨਹੀਂ ਤੁਸੀਂ ਪੈਪ ਲਾ ਗੱਡੀ ਨਹੀਂ ਧੋ ਸਕਦੇ। ਇਹ ਕਾਨੂੰਨ ਆਪਣੇ ਪਿੰਡਾਂ 'ਚ ਨਹੀਂ ਹੈਗੇ। ਬਾਕੀ ਮੈਂ ਤੁਹਾਨੂੰ ਪਿੰਡਾਂ ਵਾਲਾ ਵੀ ਦੱਸ ਦਿੰਦਾ ਕਿਆ ਚੱਕਰ ਆ ਵੀ ਪਾਣੀ ਦੀ ਕਾਹਤੇ ਤੋੜ ਆਈ ਹੈ ਨਾ। ਆਪਣੇ ਸਰਕਾਰਾਂ ਨੇ ਕਿਆ ਸਕੀਮ ਖੇਲੀ ਹੈ, ਜਿਹੜਾ ਪੰਜਾਬ ਦਾ ਪਾਣੀ ਦਾ ਸਾਰਾ ਠੀਕ ਹੈ, ਉਹ ਪਾਣੀ ਬਾਹਰ ਲੱਗ ਗਿਆ ਜਾਣ ਸਟੇਟਾਂ ਮਾ, ਆਪਾਂ ਨੇ ਮੋਟਰਾਂ ਫਰੀ ਕਰਤੀਆਂ, ਆਪਾਂ ਨੇ ਮੁੱਦੇ ਚੱਕੇ ਹੀ ਨਹੀਂ ਵੀ ਸਾਡਾ ਪਾਣੀ ਬਾਹਰ ਕਿਉਂ ਗਿਆ। ਆਪਣਾ 20 ਸਾਲ ਹੋ ਗਿਆ ਬੁੱਧੂ ਬਣਾਏ ਵਿਆਂ ਦਾ, ਠੀਕ ਹੈ ਨਹੀਂ, ਮੋਟਰਾਂ ਫਰੀ ਕਰਤੀਆਂ, ਬਿੱਲ ਫਰੀ ਕਰਤੇ, ਲੋਕਾਂ ਨੂੰ ਤਾਂ ਐਂ ਹੋ ਗਿਆ ਪਾਣੀ ਫਰੀ ਮਿਲ ਗਿਆ, ਹੁਣ ਕਿਆ ਹੋਇਆ ਮੋਟਰਾਂ ਖੜਨ ਲੱਗ ਗਈਆਂ, ਹੁਣ ਫਿਰ ਨਹਿਰਾਂ ਕਣੀ ਨੂੰ ਭੱਜ ਰਹੇ, ਚੱਕਰ ਆ ਹੈ। ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ, ਸਰਕਾਰ ਦੇ ਵੱਲੋਂ ਜਾਂ ਨੀਤੀ ਆਯੋਗ ਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਕੁਝ ਜਿਹੜੇ ਸ਼ਹਿਰ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਗਏ ਨੇ, ਪਾਣੀ ਉੱਥੇ ਜਮ੍ਹਾਂ ਵੀ ਹੈ ਨਹੀਂ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਹੋਵੇਗਾ ਨਹੀਂ, ਪਰ ਇਸ ਨੂੰ ਲੈ ਕੇ ਫਿਰ ਸਰਕਾਰ ਕੀ ਕਰ ਰਹੀ ਹੈ ਯਾਰ? ਸਰਕਾਰ ਤਾਂ ਕੁਛ ਕਰ ਰਹੀ ਬਾਈ, ਸਰਕਾਰ ਨੇ ਨਾ ਕੁਛ ਕਰਨਾ, ਠੀਕ ਹੈ ਨਹੀਂ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਗਗਨਦੀਪ ਹੈ ਜੀ। ਅੱਛਾ ਗਗਨਦੀਪ, ਜੇ ਸਪੋਜ਼ ਕਰੋ ਵੀ ਇੱਕ ਦਿਨ ਵਾਸਤੇ ਜਾਂ ਦੋ ਦਿਨ ਵਾਸਤੇ ਪਾਣੀ ਨਾ ਹੋਵੇ, ਫਿਰ ਧਰਤੀ ਜਾਂ ਬੰਦਿਆਂ ਦਾ ਕੀ ਹਾਲ ਹੋਵੇਗਾ? ਇੱਥੇ ਤਾਂ ਲੜ ਲੜ ਕੇ ਮਰ ਜਾਣਾ ਜੀ ਸਾਰਿਆਂ ਨੇ। ਬੁਰਾ, ਜਿਵੇਂ ਸਭ ਤੋਂ ਵੱਧ ਆਪਣੇ ਸਰੀਰ ਨੂੰ ਖਾਣ ਪੀਣ ਤੋਂ ਪਹਿਲਾਂ ਮਤਲਬ ਪਾਣੀ ਦੀ ਜ਼ਰੂਰਤ ਹੈ, ਅਤੇ ਬਸ ਮਾੜੇ ਹਾਲਾਤ ਹੋ ਜਾਣਾ ਜੀ ਪੰਜਾਬ ਦੇ, ਤੁਹਾਡੇ ਸਾਹਮਣੇ ਆ ਹੁਣ ਤਾਂ ਲੋਕ ਸੋਚਦੇ ਹੀ ਨਹੀਂਗੇ, ਸਰਕਾਰਾਂ ਵੀ ਇਕੱਲੀਆਂ ਕੀ ਕਰਨ, ਸਰਕਾਰਾਂ ਦਾ ਕੀ ਦੋਸ਼? ਇਹ ਤਾਂ ਸੀਗੀ ਇੱਕ ਜਾਂ ਦੋ ਦਿਨ ਦੀ ਗੱਲ, ਪਰ ਕੁਝ ਰਿਪੋਰਟਾਂ ਇਹੋ ਜਿਹੀਆਂ ਆਈਆਂ ਹੈਗੀਆਂ ਨੇ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 2020 ਦੇ ਵਿੱਚ ਜਾਂ 25 ਤੱਕ ਅਜਿਹੇ ਪੰਜਾਬ ਦੇ ਕੋਈ ਸ਼ਹਿਰ ਹੋ ਜਾਣਗੇ, ਅਜੇ ਪੰਜਾਬ ਦੇ ਅਜਿਹੇ ਹਲਕੇ ਹੋ ਜਾਣਗੇ ਜਿਹਦੇ ਵਿੱਚ ਪਾਣੀ ਦੀ ਕਮੀ ਦੇ ਨਾਲ ਲੋਕਾਂ ਨੂੰ ਜੂਝਣਾ ਪਵੇਗਾ, ਉਦੋਂ ਫਿਰ ਲੋਕ ਕੀ ਕਰਨਗੇ? ਬਸ ਫਿਰ ਤਾਂ ਜੀ ਦੂਜੇ ਮੁਲਕਾਂ ਨੂੰ ਦੌੜਨਾ ਇਹਨਾਂ ਨੇ ਇੱਥੇ, ਤਾਂ ਹੋਰ ਕੀ ਕਰਨਾ ਇੱਥੇ, ਬਸ ਕਾਲ ਹੀ ਪੈਣਾ ਜੀ। ਦੇਖੋ ਤੁਸੀਂ ਦੇਖ ਲਿਆ ਸਾਊਥ ਦੇ ਵਿੱਚ, ਤੁਸੀਂ ਦੇਖਿਆ ਹੋਣਾ ਤਾਮਿਲਨਾਡੂ ਸਾਈਡ, ਡੂੰਘੇ ਡੂੰਘੇ 'ਚ ਬੰਦੇ ਪਾਣੀ ਕੱਢ ਰਹੇ ਨੇ, ਪਾਣੀ ਲਈ ਜੂਝ ਰਹੇ, ਸਾਰਾ ਦਿਨ ਪਾਣੀ ਇਕੱਠਾ ਕਰਦੇ ਰਹਿੰਦੇ ਨੇ, ਬਸ ਇੱਥੇ ਤਾਂ ਹਾਲਾਤ ਮਾੜੇ ਹੋਣੇ, ਮੈਂ ਲੜ ਲੜ ਕੇ ਮਾਰਨਾ ਲੋਕਾਂ ਨੇ ਪਾਣੀ ਪਿੱਛੇ ਹੀ ਜੀ। ਬਹੁਤ ਬਹੁਤ ਧੰਨਵਾਦ। ਸੋ ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਉਹ ਪਾਣੀ ਬਚਾਉਣ ਦੇ ਲਈ ਕੀ ਕੁਝ ਕਰਦੇ ਨੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ 20-25-30 ਫੁੱਟ ਪੁੱਟ ਲਈਏ ਤਾਂ ਪਾਣੀ ਜਿਹੜਾ ਹੈ ਉਹ ਨਿਕਲ ਆਉਂਦਾ ਸੀ, ਜਦੋਂ ਮਕਾਨਾਂ ਦੀਆਂ ਨੀਹਾਂ ਪੁੱਟੀਆਂ ਜਾਂਦੀਆਂ ਸੀ ਉਦੋਂ ਵੀ ਸਿੱਲ ਨਿਕਲ ਜਾਂਦੀ ਸੀ, ਪਾਣੀ ਨਿਕਲ ਜਾਂਦਾ ਸੀ। ਪਰ ਅੱਜ ਸਵਾਲ ਇਹ ਹੈ ਕਿ ਅੱਜ ਪਾਣੀ ਇੰਨਾ ਡੂੰਘਾ ਕਿਉਂ ਹੁੰਦਾ ਜਾ ਰਿਹਾ? 200-300-400 ਫੁੱਟ ਦੇ ਉੱਤੇ ਬੋਰ ਕਰਵਾਏ ਜਾਂਦੇ ਨੇ, ਉਸ ਤੋਂ ਬਾਅਦ ਵੀ ਪਾਣੀ ਸਾਫ਼ ਨਹੀਂ ਮਿਲਦਾ। ਪਾਣੀ ਨੂੰ ਲੈ ਕੇ ਜਿੱਥੇ ਕਿਸਾਨ ਪਰੇਸ਼ਾਨ ਨੇ ਉੱਥੇ ਆਮ ਲੋਕ ਵੀ ਪਰੇਸ਼ਾਨ ਨੇ, ਅਤੇ ਕੁਝ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ 2020 ਦੇ ਵਿੱਚ ਪਾਣੀ ਇੱਕ ਵੱਡਾ ਸੰਕਟ ਬਣ ਸਕਦਾ ਹੈ। ਕੁਝ ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਉਹ ਪਾਣੀ ਬਚਾਉਣ ਦੇ ਲਈ ਕੀ ਕੁਝ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਕੀ ਨਾਮ ਹੈ ਜੀ? ਕਰਮਜੀਤ ਸਿੰਘ। ਅੱਛਾ ਕਰਮਜੀਤ, ਲਗਾਤਾਰ ਜੋ ਪਾਣੀ ਨੂੰ ਲੈ ਕੇ ਪੰਜਾਬ ਦੀ ਆਵਾਮ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ, ਪੰਜਾਬ ਦੇ ਲੋਕ ਵੀ ਸਵਾਲ ਉਠਾ ਰਹੇ ਨੇ, ਅਤੇ ਨਾਲ ਦੀ ਨਾਲ ਸਰਕਾਰਾਂ ਵੀ ਇਸ ਲਈ ਕੰਮ ਕਰਨ ਦੇ ਦਾਅਵੇ ਕਰਦੀਆਂ ਨੇ, ਕੀ ਲੱਗ ਰਿਹਾ ਕਿ ਅਸਲ ਮਾਇਨੇ ਦੇ ਵਿੱਚ ਪਾਣੀ ਨੂੰ ਬਚਾਉਣ ਦੇ ਲਈ ਸਰਕਾਰੀ ਦਾਅਵੇ, ਆਮ ਲੋਕਾਂ ਦੀ ਗੱਲਬਾਤ, ਅਸਲ ਮਾਇਨੇ ਦੇ ਵਿੱਚ ਪਾਣੀ ਬਚਾ ਰਹੇ ਨੇ ਲੋਕ? ਭਾਅ ਜੀ, ਜਿੱਦਾਂ ਕਿ ਮੈਂ ਹੁਣ ਇੱਕ ਸਪੋਰਟਸਮੈਨ ਦੇ ਤੌਰ 'ਤੇ ਗੱਲ ਕਰਦਾ ਕਿ ਜਿੱਦਾਂ ਪਹਿਲਾਂ ਹਾਕੀ ਦੀਆਂ ਗਰਾਊਂਡਾਂ ਹੁੰਦੀਆਂ ਸੀਗੀਆਂ, ਗਰਾਸ ਦੀਆਂ ਹੁੰਦੀਆਂ ਸੀਗੀਆਂ, ਉਹਨਾਂ ਵਿੱਚ ਬਹੁਤ ਮਾਤਰਾ ਵਿੱਚ ਪਾਣੀ ਲੱਗਦਾ ਹੁੰਦਾ ਸੀ। ਅੱਜ ਕੱਲ੍ਹ ਐਸਟ੍ਰੋ ਟਰਫਾਂ ਲਗਾ ਦਿੱਤੀਆਂ ਗਈਆਂ ਪਾਣੀ ਦੀ ਦਿੱਕਤ ਕਰਕੇ, ਕਿ ਉਹਦੇ 'ਤੇ ਇੱਕ ਵਾਰ ਪਾਣੀ ਲੱਗਦਾ ਤਾਂ ਟੂਰਨਾਮੈਂਟ ਉੱਤੇ ਖੇਲ ਹੋ ਜਾਂਦਾ, ਫਿਰ ਜਦੋਂ ਟੂਰਨਾਮੈਂਟ ਨਹੀਂ ਹੁੰਦੇ ਉਦੋਂ ਉੱਤੇ ਪਾਣੀ ਦੀ ਲੋੜ ਨਹੀਂ ਪੈਂਦੀ, ਕਿ ਜਿੱਦਾਂ ਗਰਾਊਂਡਾਂ ਹੁੰਦੀਆਂ ਘਾਹ ਹੁੰਦਾ ਉਹਨੂੰ ਪਾਣੀ ਦੇਣਾ ਹੀ ਪੈਂਦਾ ਜੀ, ਉਹ ਕਿ ਜਿੱਦਾਂ ਮਰਜ਼ੀ ਮਹੀਨੇ 'ਚ ਇੱਕ ਅੱਧੀ ਆਰ ਜਾਂ 2-3 ਵਾਰ ਪਾਣੀ ਦੇਣਾ ਪੈਂਦਾ। ਹੁਣ ਐਸਟ੍ਰੋ ਟਰਫ ਆ ਗਈ, ਉੱਤੇ ਇੱਕ ਅੱਧੀ ਆਰ ਜਿੱਦਾਂ ਪਾਣੀ ਲਾ ਲਓ ਜਦੋਂ ਤੁਹਾਡਾ ਟੂਰਨਾਮੈਂਟ ਆ ਉਦੋਂ ਪਾਣੀ ਚੱਲਦਾ, ਕਿਉਂਕਿ ਹੁਣ ਪਾਣੀ ਘੱਟਦਾ ਜਾ ਰਿਹਾ, ਰੁੱਖ ਤਾਂ ਲਾਉਂਦਾ ਨਹੀਂ ਕੋਈ। ਭਾਅ ਜੀ, ਅਸੀਂ ਹੁਣ ਜਿੱਦਾਂ ਹੁਣ ਅਸੀਂ ਜਲੰਧਰ ਤੋਂ ਬੇਸਿਕਲੀ, ਅਸੀਂ ਥੋੜ੍ਹੇ ਬਹੁਤੇ ਰੁੱਖ ਲਾਏ ਸੀਗੇ ਰੋਡ 'ਤੇ, ਉਹ ਵੀ ਦੁਨੀਆ ਪੱਟ ਕੇ ਲੈ ਜਾਂਦੀ ਹੈ ਕਿ ਚੱਲ ਵੀ ਛੱਡੋ। ਪਰ ਇਹ ਸੀਗੀ ਤੁਸੀਂ ਖਿਡਾਰੀ ਹੋਣ ਦੇ ਨਾਤੇ ਤੁਸੀਂ ਗੱਲਬਾਤ ਦੱਸੀ ਹੈ, ਪਰ ਸਵਾਲ ਇਹ ਹੈ ਕਿ ਜੇ ਪਾਣੀ ਬਚਾਉਣ ਦੀ ਜਿਸ ਤਰ੍ਹਾਂ ਸਰਕਾਰ ਦਾਅਵੇ ਕਰਦੀ ਹੈ, ਅਸਲ ਮਾਇਨੇ ਦੇ ਵਿੱਚ ਪਾਣੀ ਬਚਾ ਕਿਉਂ ਨਹੀਂ ਰਿਹਾ? ਹਾਲਾਂਕਿ ਫੈਕਟਰੀ ਦੇ ਵੱਲੋਂ ਵੀ ਕੁਝ ਜਿਹੜਾ ਰਸਾਇਣਿਕ ਪਾਣੀ ਜਾਂ ਉਹਨਾਂ ਦੀ ਰਹਿੰਦ ਖੂੰਹਦ ਪਾਣੀ ਇਹਦੇ ਵਿੱਚ ਸੁੱਟੀ ਜਾਂਦੀ ਹੈ, ਦਰਿਆਵਾਂ ਦੇ ਪਾਣੀ ਖਰਾਬ ਹੁੰਦੇ ਜਾ ਰਹੇ ਨੇ, ਧਰਤੀ ਹੇਠਲਾ ਪਾਣੀ ਘੱਟਦਾ ਜਾ ਰਿਹਾ ਹੈ, ਜੇਕਰ ਇਸੇ ਤਰ੍ਹਾਂ ਹੀ ਹਾਲਾਤ ਬਣਦੇ ਰਹਿਣਗੇ ਤਾਂ ਆਉਣ ਵਾਲੀ ਪੀੜ੍ਹੀ ਦੇ ਲਈ ਕੀ ਕੁਝ ਬਚੇਗਾ? ਭਾਅ ਜੀ, ਆਉਣ ਵਾਲੀ ਪੀੜ੍ਹੀ ਦੀ ਕੁਛ ਵੀ ਨਹੀਂ ਬਚਣਾ, ਜੇ
ਤੇ ਬਸ ਇਹੀ ਆ ਹੁਣ ਆਪਾਂ ਜੀ ਹੋਰ ਅਸੀਂ ਕੀ ਕਰ ਸਕਦੇ ਹਾਂ ਜੀ, ਜਿੱਦਾਂ ਸਪੋਰਟਸਮੈਨ ਆ ਜੀ ਤੇ ਜਾਂ ਅਵੇਅਰਨੈਸ ਵੀ ਕਰ ਸਕਦੇ ਅਸੀਂ ਲੋਕਾਂ ਨੂੰ ਅਵੇਅਰ ਵੀ ਤਾਂ ਕਰ ਸਕਦੇ ਭਾਅ ਜੀ, ਕਰੀਦਾ ਹੁਣ ਲੋਕ ਮੂਹਰਿਓ ਖੇੜੇ ਪੈਂਦੇ ਆ ਅਸੀਂ ਹੁਣ ਜਿੱਦਾਂ ਤੁਹਾਨੂੰ ਗੱਲ ਦੱਸਦਾ ਥੋੜ੍ਹੀ ਪੁਰਾਣੀ ਆ ਕਿ ਗੱਡੀ ਤੋਂ ਹੁੰਦਾ ਸੀਗਾ ਕੋਈ, ਮੈਂ ਕਿਹਾ ਕਿ ਸਰਕਾਰ ਨੇ ਬੰਦ ਕੀਤਾ ਕਿ ਕਾਰਪੋਰੇਸ਼ਨ ਨੇ ਕਿ ਤੁਹਾਨੂੰ ਚੱਕ ਲਿਆ ਜਾਊ, ਉਹ ਕਹਿੰਦੇ ਨਹੀਂ ਜੀ ਇਹ ਤਾਂ ਅਸੀਂ ਧੋਵਾਂਗੇ ਜੇ ਹੈ ਤਾਂ ਦਮ ਰੋਕ ਲਓ ਸਾਨੂੰ ਬਾਈ, ਅਸੀਂ ਦਮ ਕਿੱਥੇ ਦਿਖਾਈਏ ਲੋਕਾਂ ਨੂੰ। ਕੀ ਨਾਮ ਹੈ ਜੀ? ਨਵਦੀਪ ਜੀ। ਅੱਛਾ ਨਵਦੀਪ, ਪਾਣੀ ਆ ਜਿਹੜਾ ਹੁਣ ਬੋਤਲਾਂ ਦੇ ਵਿੱਚ ਇਹਨਾਂ ਨੇ ਜਿਵੇਂ ਇਹਨਾਂ ਨੇ ਕਿਹਾ ਕਿ ਵਿਕਣ ਲੱਗ ਗਿਆ, ਪਰ ਇਹੀ ਜੀ ਨੌਬਤ ਕਿਉਂ ਆਈ ਹੈ? ਸਰ ਆਪਾਂ ਪਾਣੀ ਵੇਸਟ ਕਰਿਆ, ਬਹੁਤ ਹੀ ਪਾਣੀ ਦਾ ਲੈਵਲ ਲੋਅ ਹੋ ਗਿਆ, ਪੀਣ ਜੋਗਾ ਪਾਣੀ ਨਹੀਂ ਰਿਹਾ। ਆਪਾਂ ਪੀਣ ਜੋਗਾ ਪਾਣੀ ਹੈ ਨਾ ਬੋਤਲਾਂ 'ਚ ਪੀਂਦੇ ਹੈਗੇ, ਪਹਿਲਾਂ ਤਾਂ ਆਪਣੇ ਇੱਥੇ ਬੱਸ ਸਟੈਂਡਾਂ 'ਤੇ ਲੱਗੇ ਹੁੰਦੇ ਸੀ ਹੈ ਨਾ ਪਾਣੀ ਵਾਲੇ ਵਾਟਰ ਕੂਲਰ ਲੱਗੇ ਹੁੰਦੇ ਸੀਗੇ, ਆਪਾਂ ਉੱਥੋਂ ਚੁੱਪ ਕਰਕੇ ਪਾਣੀ ਪੀਣਾ ਸੀ, ਹੁਣ ਆਪਾਂ ਉਹ ਪਾਣੀ ਵੀ ਨਹੀਂ ਪੀ ਸਕਦੇ ਕਿਉਂਕਿ ਆਪਾਂ ਨੂੰ ਵਧੀਆ ਨਹੀਂ ਲੱਗਦਾ। ਜ਼ਿੰਮੇਵਾਰ ਕੌਣ ਆ ਫਿਰ ਇਸਦਾ? ਜ਼ਿੰਮੇਵਾਰ ਆਪਾਂ ਜੀ, ਆਪਾਂ ਪਾਣੀ ਬਹੁਤ ਵੇਸਟ ਕਰਿਆਗਾ, ਆਪਾਂ ਇੱਦਾਂ ਹੀ ਪਾਣੀ ਖਾਲੀਆਂ 'ਚ ਡੋਲ ਦਿੰਦੇ ਹੈਗੇ, ਇੱਦਾਂ ਹੀ ਪਾਣੀ ਵੇਸਟ ਹੁੰਦਾ ਰਹਿੰਦਾ, ਜੇ ਟੂਟੀ ਚੱਲਦੇ ਹੁੰਦੇ ਆਪਾਂ ਉਹਨੂੰ ਵੀ ਨਹੀਂ ਬੰਦ ਕਰਦੇ, ਉਹ ਵੀ ਇੱਦਾਂ ਹੀ ਚੱਲਦੀ ਰਹਿੰਦੀ ਹੈ। ਆਪਾਂ ਸਾਰੇ ਕਿਸੇ ਦੇ ਜ਼ਿੰਮੇਵਾਰ ਆਪਾਂ ਜੀ, ਦਰਖਤ ਆਪਾਂ ਕੱਟ ਦਿਆਂਗੇ, ਆਪਣੀਆਂ ਜ਼ਰੂਰਤਾਂ ਵੱਧ ਰਹੀਆਂ ਹੈਗੀਆਂ, ਜਨਸੰਖਿਆ ਆਪਣੀ ਵੱਧ ਰਹੀ ਆ, ਸਾਰਾ ਕੁਛ ਆਪਣੀ ਕਿਰਾਏ ਵਾ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਜੀਵਨ ਸਿੰਘ ਜੀ। ਅੱਛਾ ਜੀਵਨ, ਪਾਣੀ ਬਚਾਉਣ ਦੇ ਲਈ ਜੋ ਸਰਕਾਰ ਦਾਅਵੇ ਕਰਦੀ ਹੈ, ਲੋਕ ਵੀ ਕਹਿੰਦੇ ਨੇ ਕਿ ਪਾਣੀ ਬਚਾਉਣ ਦੇ ਲਈ ਇਹ ਕੁਝ ਕਰਨਾ ਚਾਹੀਦਾ ਹੈ, ਤੁਹਾਨੂੰ ਲੱਗਦਾ ਕਿ ਜੋ ਜਿਸ ਤਰ੍ਹਾਂ ਦਾ ਦਾਅਵਾ ਜਾਂ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਪਾਣੀ ਬਚਾ ਰਹੇ ਨੇ ਲੋਕ? ਸਰ ਇਹ ਗੱਲ ਤਾਂ ਮੰਨ ਲਓ ਨਹੀਂ ਹੈਗੀ ਹੈ ਨਾ, ਸਰਕਾਰ ਕਹਿੰਦੀ ਆ ਵੀ ਇਹ ਕੁਛ ਕਰਨਾ ਚਾਹੀਦਾ, ਇਹ ਕੁਛ ਕਰਨਾ, ਬਟ ਕਰਦੀ ਨਹੀਂ। ਹੁਣ ਕਈ ਥਾਵਾਂ 'ਤੇ ਜਲ ਹੀ ਮੰਨ ਲਓ ਹਾਰਵੈਸਟਿੰਗ ਜਿਹੜਾ ਵਾਟਰ ਹੁੰਦਾ ਹੈ ਨਾ ਬਚਾ ਕੇ ਰੱਖਦੇ ਆ, ਕਿਤੇ ਇਕੱਠਾ ਕਰਨਾ ਮੀਂਹ ਦਾ ਪਾਣੀ, ਉਹ ਕਈ ਥਾਂ ਪ੍ਰੋਜੈਕਟ ਹੈਗੇ ਨੇ ਪਰ ਨਹੀਂ ਹੈਗੇ, ਚਾਲੂ ਨਹੀਂ ਗੇ, ਉਹ ਵੈਸੇ ਹੀ ਪਏ ਨੇ। ਕਈ ਤਾਂ ਵੈਸੇ ਹੀ ਕਾਗਜ਼ਾਂ 'ਚ ਚੱਲ ਰਿਹਾ, ਉਹ ਵੈਸੇ ਹੀ ਬਣੇ ਹੀ ਨਹੀਂ ਗਏ ਅਜੇ ਤੱਕ, ਜਿਹੜਾ ਕਿ ਪਾਣੀ ਬਚਾਉਣਾ, ਧਰਤੀ ਦਾ ਲੈਵਲ ਜਿਹੜਾ ਲੋਅ ਹੁੰਦਾ ਜਾ ਰਿਹਾ, ਹੁਣ ਝੋਨੇ ਦੀ ਫਸਲ ਹੋ ਰਹੀ ਹੈ ਜੀ, ਤਾਂ ਝੋਨਾ ਲਾਉਣ ਲਈ ਲੋਕ ਦਿਨੋਂ ਦਿਨ ਉਹਦਾ ਪਾਣੀ ਕੱਢ ਰਹੇ ਨੇ, ਗਰਾਊਂਡ ਵਾਟਰ ਤਾਂ ਉਹਦਾ ਲੈਵਲ ਡਾਊਨ ਹੀ ਹੋਣਾ ਸਰ, ਹੈ ਨਾ। ਅਤੇ ਉਸ ਤੋਂ ਬਾਅਦ ਆਪਾਂ ਜੇ ਝੋਨਾ ਲਾਉਣੇ ਆ, ਉਹਦੇ ਵਿੱਚ ਖਾਦਾਂ ਪਾਉਣੇ ਆ, ਉਹ 'ਚ ਸਪਰੇਹਾਂ ਪਾਉਣੇ ਆ, ਉਹਦਾ ਵਾਸ਼ਪੀਕਰਨ, ਕਿਤੇ ਸਾਡੀ ਵੀ ਜ਼ਿੰਮੇਵਾਰੀ ਹੈ ਪਾਣੀ ਨੂੰ ਬਚਾਉਣ ਦੇ ਲਈ ਜੀ। ਬਹੁਤ ਬਹੁਤ ਧੰਨਵਾਦ। ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ, ਲੋਕਾਂ ਦਾ ਵੀ ਇਹੋ ਕਹਿਣਾ ਕਿ ਜਿੱਥੇ ਪਾਣੀ ਨੂੰ ਬਚਾਉਣ ਦੇ ਲਈ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ, ਉੱਥੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਪਾਣੀ ਬਚਾਉਣ ਦੇ ਲਈ ਹੰਭਲੇ ਮਾਰਨ ਦੀ ਜ਼ਰੂਰਤ ਹੈ। ਸੋ ਅੱਜ ਇੱਕ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਪੰਜ ਪਾਣੀਆਂ ਦੀ ਧਰਤੀ ਪੰਜਾਬ, ਜਿਸ ਦਾ ਨਾਂ ਵੀ ਪਾਣੀਆਂ ਦੇ ਨਾਂ ਦੇ ਉੱਤੇ ਰੱਖਿਆ ਗਿਆ, ਇਸ ਦੇ ਲੋਕ ਪਾਣੀਆਂ ਨੂੰ ਕਿਉਂ ਤਰਸ ਰਹੇ ਨੇ, ਪਾਣੀ ਦੇ ਲਈ ਪੰਜਾਬ ਦੇ ਵਿੱਚ ਵੀ ਹਾਹਾਕਾਰ ਕਿਉਂ ਮੱਚੀ ਹੋਈ ਹੈ, ਪੰਜਾਬ ਦੇ ਇਲਾਕੇ ਡਾਰਕ ਜ਼ੋਨ ਦੇ ਵਿੱਚ ਕਿਉਂ ਆ ਗਏ ਨੇ, ਇਸ ਦੇ ਕਾਰਨ ਜਿੱਥੇ ਸਰਕਾਰਾਂ ਨੂੰ ਲੱਭਣ ਦੀ ਲੋੜ ਹੈ, ਉੱਥੇ ਹੀ ਪਾਣੀ ਬਚਾਉਣ ਦੇ ਲਈ ਆਮ ਲੋਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ, ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ, ਧੰਨਵਾਦ।